ਮੈਂ ਇੱਕ ਜਥੇਬੰਦੀ ਨਾਲ ਜੋ ਵਰਕਰ ਤੌਰ ਤੇ ਜੁੜਿਆ ਹੋਇਆ ਹੈਗਾ, ਕਿਹੜੀ ਜਥੇਬੰਦੀ? ਆਪਣੇ ਸਿੱਧੂਪੁਰ ਜਥੇਬੰਦੀ ਦੇ ਨਾਲ। ਠੀਕ ਹੈ ਜੀ। ਤੇ ਜੀ ਗੱਲ ਸੁਣ ਲਓ, ਇਹ ਆਵਾਜ਼ ਜੋ ਪੈਸੇ ਨੂੰ ਲੈ ਕੇ ਉੱਠਿਆ ਸੀਗਾ, ਤੇ ਜਦੋਂ ਪਤਾ ਲੱਗ ਗਿਆ ਵੀ ਪੈਸੇ ਲੌਸਮੈਂਟਾਂ ਕਰੀਆਂ ਗਈਆਂ ਨੇ ਪੈਸੇ ਵਿਸੇ, ਤੇ ਮੈਂ ਆਇਆ ਜੋ ਇੱਥੋਂ ਦਾ ਪ੍ਰਧਾਨ ਆ ਗੁਰਦੁਆਰਾ ਦਾ, ਉਹਦੇ ਨਾਲ ਮੈਂ ਬਹਿ ਕੇ ਗੱਲ ਕਰੀ, ਮਹਾਂ ਮੈਨੂੰ ਐਂ ਦੱਸੋ ਜੀ ਉੱਥੋਂ ਪੈਸੇ ਮੰਗੇ ਗਏ ਆ? ਉਹ ਕਹਿੰਦਾ ਹਾਂ ਮੈਂ ਇੱਥੋਂ ਮੰਗੇ ਪੈਸੇ ਮੰਗੇ ਗਏ ਹੈਗੇ। ਮੈਂ ਠੀਕ ਆ। ਤੇ ਮੈਨੂੰ ਕਹਿੰਦਾ ਹੁਣ ਮਹਾਈ ਗੱਲ ਸੁਣ ਲਓ, ਮੈਂ ਚੱਲ ਮੈਂ ਕਿਸੇ ਪ੍ਰਧਾਨ ਨਾਲ ਕਿਸੇ ਨਾਲ ਮੇਰਾ ਕਨੈਕਟ ਨਹੀਂ ਹੋਇਆ, ਜੋ ਪਿੰਡ ਦੇ ਵਿੱਚ ਕਹਿ ਰਹੇ ਆ ਨਾ ਵੀ ਜਾਂ ਮੀਡੀਆ ਦੇ ਵਿੱਚ ਕੁਛ ਵੀ ਫੈਲ ਰਿਹਾ ਹੈਗਾ ਵੀ ਇਹ ਜਾਂ ਵੀ ਪ੍ਰਧਾਨ ਨਾਲ ਗੱਲ ਹੋਈ ਹੈਗੀ ਜਾਂ ਕਾਕੇ ਕੋੜੇ ਨਾਲ ਗੱਲ ਹੋਈ ਆ, ਮੇਰੀ ਇਹਨਾਂ ਨਾਲ ਕਿਸੇ ਨਾਲ ਗੱਲ ਨਹੀਂ ਹੋਈਗੀ, ਤੇ ਮੇਰੀ ਗੱਲ ਸਿਰਫ ਜੋ ਆਪਣਾ ਮੰਡੀ ਕਲਾਂ ਵਾਲਾ ਬਾਜਾ ਸਿੰਘ ਪ੍ਰਧਾਨ ਹੈਗਾ ਲੱਗਦਾ ਉਹਦੇ ਨਾਲ ਗੱਲ ਹੋਈ ਸੀਗੀ, ਤੇ ਉਹਨਾਂ ਨੇ ਮੈਨੂੰ ਇਹ ਗੱਲ ਕਹੀ ਸੀ ਵੀ ਇਹ ਤੁਹਾਡੇ ਪਿੰਡ ਦਾ ਮਸਲਾ ਗਾ ਵੀ ਪਹਿਲਾਂ ਤੁਸੀਂ ਪਿੰਡ ਦੇ ਤੌਰ 'ਤੇ ਨਿਬੇੜੋ। ਤੇ ਉਦੋਂ ਬਾਅਦ ਫਿਰ ਮੈਂ ਜੋ ਆਪਣੇ ਦੀਪੂ ਸਿੰਘ ਹੈਗਾ ਉਹਦੇ ਨਾਲ ਵੀ ਗੱਲ ਹੋਈ ਸੀ, ਮਹਾਂ ਵੀ ਆਪਾਂ ਐਂ ਕਰਕੇ ਮਹਾਂ ਜੋ ਆਪਣੀ ਜਥੇਬੰਦੀ 'ਤੇ ਇੱਕ ਕਲੰਕ ਤੌਰ 'ਤੇ ਕਹਿ ਲਓ ਵੀ ਆਪਣੇ ਜਥੇਬੰਦੀ 'ਤੇ ਉਂਗਲ ਉੱਠ ਰਹੀ ਹੈਗੀ ਵੀ ਐਂ ਕਰਕੇ ਵੀ ਉਹ ਪੈਸੇ ਮੰਗ ਰਹੇ ਹੈਗੇ, ਵੀ ਆਪਾਂ ਆ ਕੇ ਉਹਨਾਂ ਤੋਂ ਕੋਈ ਬੰਦਿਆਂ ਤੋਂ ਆਪਾਂ ਪੁੱਛ ਦੱਸ ਕਰੀਏ, ਉਹਨਾਂ ਤੋਂ ਸਪਸ਼ਟੀਕਰਨ ਜੋ ਆਪਣੀ ਬਲਾਕ ਦੀ ਉਹ ਅੱਗੇ ਬਲਾਕ ਕਰਨੀ ਉਹ 2-4 ਬੰਦੇ ਆ ਕੇ ਤੁਸੀਂ ਆਪਾਂ ਉਹਨਾਂ ਤੋਂ ਸਪਸ਼ਟੀਕਰਨ ਲੈ ਲਈਏ, ਬਸ ਇੰਨੀ ਗੱਲ ਹੋਈ ਹੈ ਜੀ, ਹੋਰ ਕੋਈ ਗੱਲ ਨਹੀਂ। ਤੁਸੀਂ ਆਪਣੇ ਤੌਰ ਤੇ ਜਿੰਨੀ ਛਾਣਬੀਨ ਕੀਤੀ ਉਹਦੇ 'ਚ ਕੀ ਨਿਕਲ ਕੇ ਆਇਆ? ਉਹ 'ਚ ਤਾਂ ਜੀ ਗੱਲ ਸੁਣ ਲਓ, ਇਹਨਾਂ ਨੇ ਖੁਦ ਆਪ ਅਸੀਂ ਵੀ ਪਿੰਡ ਦੇ ਵਿੱਚ ਹੀ ਰਹਿੰਦੇ ਹਾਂ, ਲੌਸਮੈਂਟ ਹੋਈ ਹੈ ਜੀ ਪੈਸੇ ਨੂੰ ਲੈ ਕੇ, ਲੌਸਮੈਂਟ ਤਾਂ ਉਹ ਤੋਂ ਬਾਅਦ ਇਕੱਠ ਵੀ ਹੋਇਆ ਹੈਗਾ, ਇਕੱਠ 'ਚ ਜਿਹੜੀ ਪ੍ਰਧਾਨ ਜੀ ਨੇ ਗੱਲ ਕੀ ਵੀ ਮਾਫੀ ਵੀ ਮੰਗੀ ਆ ਉਹ ਬੰਦਿਆਂ ਨੇ ਜਿਨ੍ਹਾਂ ਨੇ ਪੈਸਿਆਂ ਦੀ ਡਿਮਾਂਡ ਕੀਤੀ, ਉਹ ਹੀ ਮਾਫੀ ਮੰਗ ਕੇ ਉਹ ਚਲੇ ਗਏ ਆ ਉਹਦੀ, ਯਾਨੀ ਕਿ ਪੈਸਿਆਂ ਦੀ ਡਿਮਾਂਡ ਹੋਈ ਸੀ। ਹਾਂ ਪੈਸਿਆਂ ਦੀ ਡਿਮਾਂਡ ਹੋਈ ਸੀ, ਉਹ ਕਹਿੰਦੇ ਅਸੀਂ 1,00,000 ਮੰਗਿਆ ਸੀਗਾ। ਤੁਹਾਡੀ ਜਥੇਬੰਦੀ ਨਾਲ ਅਟੈਚ ਆ ਜੀ ਉਹ ਸਿੱਧੂਪੁਰ? ਹਾਂ ਜਥੇਬੰਦੀ ਨਾਲ ਅਟੈਚ ਆ ਜੀ ਉਹ ਬੰਦੇ ਦੋ। ਠੀਕ ਹੈ, ਨਾਮ ਉਹਨਾਂ ਦਾ ਨਹੀਂ? ਫਿਰ ਜਦੋਂ ਸਭ ਕੁਝ ਪ੍ਰਤੱਖ ਹੋ ਚੁੱਕਿਆ, ਕਲੀਅਰ ਹੋ ਚੁੱਕਿਆ, ਹਲੇ ਵੀ ਫਿਰ ਐਕਸ਼ਨ ਦੇ ਲਈ ਕਿਉਂ ਟਾਈਮ ਲੈ ਜਾ ਰਿਹਾ ਹੈਗਾ? ਜਥੇਬੰਦੀ ਦੇ ਪ੍ਰਧਾਨ ਤਾਂ ਇਹ ਗੱਲ ਕਹਿ ਰਹੇ ਆ ਵੀ ਅਸੀਂ ਇਹਦੇ ਐਕਸ਼ਨ ਲਵਾਂਗੇ, ਅਸੀਂ ਜਾਂਚ ਕੰਪਲੀਟ ਕਰਾਂਗੇ। ਤਾਂ ਇਹ ਗੱਲ ਜਿਹੜਾ ਉਹ ਮੁੰਡੇ ਆ ਨਾ ਉਹ ਜਥੇਬੰਦੀ ਦੇ, ਯਾਨੀ ਕਿ ਉਹ ਜਿਵੇਂ ਮੈਂ ਕਿਹਾ ਗਾ ਵੀ ਮੈਂ ਵਰਕਰ ਤੌਰ ਤੇ ਹਾਂ, ਉਹ ਵੀ ਬੰਦੇ ਵਰਕਰ ਤੌਰ ਤੇ ਨੇ, ਕੋਈ ਹਲੇ ਉਹਨਾਂ ਕੋਲੇ ਕੋਈ ਅਹੁਦਾ ਨਹੀਂ ਹੈਗਾ ਸੀਗਾ। ਠੀਕ ਹੈ ਨਾ ਜੀ, ਆਪਾਂ ਕਹਿ ਦਈਏ ਵੀ ਉਹਨਾਂ ਕੋਲੇ ਅਹੁਦਾ ਸੀਗਾ। ਸ਼ਖਸ ਹੋ, ਇਸ ਤੋਂ ਪਹਿਲਾਂ ਤੁਹਾਡੇ ਪਿੰਡ ਦੀ ਇਕਾਈ ਦੇ ਜਿਹੜੇ ਖਜ਼ਾਨਚੀ ਆ ਬਹਾਦਰ ਸਿੰਘ, ਉਹਨਾਂ ਨੇ ਬੜੇ ਗੰਭੀਰ ਦੋਸ਼ ਲਾਏ ਨੇ ਇਹਨਾਂ ਚੀਜ਼ਾਂ ਨੂੰ ਲੈ ਕੇ ਵੀ ਹਾਂ ਪੈਸਿਆਂ ਦੀ ਡਿਮਾਂਡ ਹੋਈ ਹੈ। ਹਾਂਜੀ, ਉਹਨਾਂ ਨੇ ਕਰੀ ਹੋਣੀ। ਹਾਂਜੀ ਨਹੀਂ, ਜੇ ਵਰਕਰ ਹੈਗਾ ਫਿਰ ਐਡੀ ਵੱਡੀ ਗੱਲ ਪੈਸੇ ਮੰਗਣ ਕਿਵੇਂ ਆ ਗਏ ਫਿਰ ਜੀ? ਉਹਦਾ ਕਿਹਾ ਹੀ ਹੋਣਾ ਪ੍ਰਧਾਨਾਂ ਦਾ, ਗੱਲ ਤਾਂ ਹੋਈ ਹੋਣੀ ਹੈ ਨਾ ਕਿਸੇ ਨਾਲ। ਉਹ ਤਾਂ ਸਾਨੂੰ ਵੀ ਨਹੀਂ ਪਤਾ ਜੀ ਵੀ ਇਹਨਾਂ ਦੇ ਗਾਹਾਂ ਆਪਣੇ ਜਥੇਬੰਦੀ ਦੇ ਕਿਸੇ ਨਾਲ ਗੱਲ ਹੋਈ ਹੈ ਜਾਂ ਨਹੀਂ ਹੋਈ ਆ, ਵੀ ਉਹ ਇਕੱਲੇ 2 ਬੰਦੇ ਆਈ ਜਿਹੜੇ 2 ਬੰਦੇ ਨੇ ਪੈਸੇ ਦੀ ਮੰਗ ਕਰੀ ਹੈ ਸਾਨੂੰ। ਇੱਕ ਦਾ ਨਾਂ ਗੁਰਪ੍ਰੀਤ ਆ ਜੀ, ਇੱਕ ਦਾ ਨਾਂ ਜੀਤੂ ਆ ਜੀ। ਤੁਹਾਡੇ ਹਿਸਾਬ ਨਾਲ ਕਿਹੋ ਜਿਹਾ ਐਕਸ਼ਨ ਹੋਣਾ ਚਾਹੀਦਾ ਹੁਣ ਉਹਨਾਂ ਤੇ? ਅਸੀਂ ਤਾਂ ਇਹ ਕਹਿੰਦੇ ਵੀ ਜਿਹੜਾ ਬੰਦਾ ਜਥੇਬੰਦੀ ਨੂੰ ਬਦਨਾਮ ਕਰਦਾ ਜੀ, ਠੀਕ ਹੈ ਨਾ, ਉਹਨਾਂ ਤੇ ਜਿਹੇ ਜੀ ਆਪਾਂ ਜਥੇਬੰਦੀ ਉਹ ਕਰੂਗੀ, ਉਹਨਾਂ ਨੂੰ ਕੋਈ ਕਾਰਵਾਈ ਕਰੂਗੀ, ਉਹ ਉਹਨਾਂ ਤੇ ਹੋਣੀ ਚਾਹੀਦੀ ਹੈਗੀ ਜੀ। ਕੋਈ ਵੀ ਜਥੇਬੰਦੀ ਨੂੰ ਬਦਨਾਮ ਕਰਨਾ ਉਹ ਆਪਣੇ ਲਈ ਬਹੁਤ ਮਾੜੀ ਗੱਲ ਆ ਗਈ, ਠੀਕ ਆ। ਸਾਨੂੰ ਇੰਨਾ ਪਤਾ ਸਾਡੀ ਜਥੇਬੰਦੀ ਆ ਜਿਹੜੀ ਇੱਕੋ ਇੱਕ ਜਥੇਬੰਦੀ ਆ ਸਾਡੀ ਜਿਹੜੀ ਨਰੋਲ ਸਦਾ ਲਈ ਕਿਸਾਨੀਆਂ ਲਈ ਲੜਦੀ ਆ, ਹੱਕ ਸੱਚ ਲਈ ਲੜਦੀ ਆ, ਉਹ ਸਾਨੂੰ ਪਤਾ ਗਾ ਜੀ। ਵਿਚਾਰ ਹੋਈ ਆ ਜੀ, ਹੁਣ ਅਸੀਂ ਨਾ ਸ਼ਿਕਾਇਤ ਦੱਸਤੀ ਵੀ ਉਹ ਜਿਹੜੇ 2 ਬੰਦੇ ਸੀਗੇ ਉਹਨਾਂ ਦੇ ਵਿਚਾਰ ਪਤੰਦਰਾ ਹੋਇਆ ਸਾਡਾ, ਵੀ ਉਹਨੂੰ ਦਸਤਖਤ ਸਤਵਾ ਮੰਗ ਕਰ ਰਹੇ ਸੀਗੇ, ਤੇ ਇਹਨਾਂ ਹੱਥ 2 ਦਿਨ ਲਏ ਵੀ ਕਾਰਵਾਈ ਕਰਾਂਗੇ ਉਹਨਾਂ। ਪਾਰਟੀ ਚ ਖਾਰਜ ਕੀਤਾ ਮਾਫੀ ਮੰਗਾਈ ਜਾ, ਪਹਿਲਾਂ ਤੁਸੀਂ ਸਟੇਟਮੈਂਟ ਦਿੱਤੀ ਸੀ ਮਾਫੀ ਮੰਗ ਲਈ,
ਮੰਗ ਲਈ ਸੀ ਗੱਲ, ਉਹਨਾਂ ਸਾਡੇ ਪਿੰਡ ਤੋਂ ਮੰਗ ਲਈ ਜੀ। ਅੱਛਾ ਜੀ। ਇਹਨਾਂ ਸਾਹਮਣੇ ਵੀ ਇਹ ਕਹਿੰਦੇ ਸਦਕੇ ਉੱਥੇ ਮਾਫੀ ਮੰਗਾਵਾਂਗੇ ਇਹਨੂੰ, ਪਾਰਟੀ ਜੋ ਖਾਰਜ ਕਰ ਦਾਂਗੇ। ਠੀਕ ਹੈ ਜੀ। ਹਾਂਜੀ। ਜਿਹੜੀ ਆਡੀਓ ਜਿਹੜੀ ਵਾਇਰਲ ਹੋਈ ਹੈਗੀ ਗੱਤੀ ਸਾਹਿਬ ਜੀ ਦੀ, ਉਹ ਫਿਰ ਉਹ ਕਿਸ ਤਰ੍ਹਾਂ ਹੋਈ ਜੀ ਆਡੀਓ ਵਾਇਰਲ? ਉਹ ਨਹੀਂ ਸਾਨੂੰ ਪਤਾ ਵੀ ਕਿਹਨੇ ਕਰੀ ਹੈ ਜੀ। ਆਡੀਓ ਹੈ ਕਿਹਦੀ, ਕੌਣ ਬੋਲ ਰਿਹਾ ਉਹਦੇ 'ਚ? ਉਹ ਸਾਡਾ ਗ੍ਰੰਥੀ ਹੈ ਜੀ। ਕੀ ਨਾਮ ਹੈ? ਗੁਰਪ੍ਰੀਤ ਸਿੰਘ ਜੀ। ਜੇਕਰ ਹੁਣ ਤੱਕ ਦੇ ਮੁੱਦੇ ਦੀ ਗੱਲ ਕੀਤੀ ਜਾਵੇ, ਹਾਂਜੀ ਹਾਂਜੀ, ਜਿਸ ਤਰ੍ਹਾਂ ਇਹ ਮੁੱਦਾ ਤੇਜ਼ੀ ਨਾਲ ਉੱਭਰਿਆ ਸਿਰਫ ਇੱਕ ਆਡੀਓ ਦੇ ਸਿਰ ਤੇ, ਤੁਹਾਨੂੰ ਨਹੀਂ ਲੱਗਦਾ ਵੀ ਜੋ ਪਿਛਲੇ ਦਿਨਾਂ ਦੇ ਵਿੱਚ ਪਿੰਡ ਵੱਲੋਂ ਦਾ ਇੰਨਾ ਨਾਂ ਉੱਚਾ ਹੋਇਆ ਸੀ, ਉਹਨੂੰ ਕਿਤੇ ਠੇਸ ਪਹੁੰਚੀ ਹੈ ਇਹਨਾਂ ਗੱਲਾਂ ਕਰਕੇ? ਉਹ ਦੋ ਬੰਦਿਆਂ ਨੇ ਪਹੁੰਚਾਈ ਹੈ ਜੀ, ਸਾਡੇ ਪਿੰਡ ਨੇ ਤਾਂ ਕੋਈ ਹੋ ਨਹੀਂ ਕਰਿਆ ਜੀ, ਉਹ ਦੋ ਬੰਦੇ ਸਾਡੇ ਪਿੰਡ ਦੇ, ਸਾਰੇ ਪਿੰਡ ਦੀ ਪੱਟੀ ਮੇਚ ਕਰਤੀ ਉਹਨਾਂ ਨੇ। ਹਾਂਜੀ। ਅੱਛਾ, ਜਿਹੜੇ ਚੜਾਵੇ ਦੀ ਆਪਾਂ ਗੱਲ ਕਰੀਏ, ਕਿੰਨਾ ਤੁਸੀਂ ਗਿਣਤੀ ਕੀਤੀ ਪੈਸੇ ਕਿੰਨੇ? 90,000 ਰੁਪਇਆ ਹੋਇਆ ਜੀ। 90,000? ਹਾਂਜੀ। ਅਸੀਂ ਕਿੰਨੇ ਦੀ ਮੰਗ ਕੀਤੀ ਗਈ ਤੁਹਾਡੇ? 1,00,000 ਰੁਪਏ ਦੀ। ਬਦਨਾਮੀ ਕਰ ਰਹੇ ਜੀ, ਸਾਡੇ ਪਿੰਡ ਦੀ ਬਦਨਾਮੀ ਕਰ ਰਹੇ ਜੀ। ਅਸੀਂ ਸਾਡੇ ਪਿੰਡ ਦੇ ਮੋਤਬਾਰ ਬੰਦਾ ਨਾ ਪਾਰਟੀ ਦਾ, ਉਹ ਖੜਾ ਮੁੰਡਾ ਜੀ, ਉਹਨਾਂ ਨੂੰ ਕੋਲ ਸੁਨੇਹਾ ਲਾਇਆ ਸੀਗਾ। ਇਹਨਾਂ ਨੇ ਸਾਨੂੰ ਪੁੱਛਿਆ ਸੀਗਾ, ਇਹਨਾਂ ਨੇ ਸਾਨੂੰ ਪੁੱਛਿਆ ਸੀ ਉੱਥੇ ਮੰਗ ਕਰੀਏ? ਮੈਂ ਹਾਂਜੀ ਮੰਗ ਕਰੀ ਹੈ ਵੀ ਤੁਸੀਂ ਗਾਹਾਂ ਤਾਹਾਂ ਗੱਲ ਪਹੁੰਚਾਓ ਅਕਾਲੀ ਤੱਕ। ਇਹ ਕਹਿੰਦੇ ਹਾਂ ਪਹੁੰਚਾਤੀ ਗੱਲ, ਉਹ ਗਾਹਾਂ ਪਹੁੰਚੀ ਨਹੀਂ ਗੱਲ ਜੀ, ਵਿੱਚ ਹੀ ਗੱਲ ਰਹਿ ਗਈ ਇਹਨਾਂ ਕੋਲ ਜੀ। ਸਾਡਾ ਤਾਂ ਜੀ ਇਸ ਮਸਲੇ 'ਤੇ ਕੋਈ ਉਹ ਪੱਖ ਨਹੀਂ, ਨਾ ਕੋਈ ਅਸੀਂ ਕੁਛ ਮੰਗਿਆ, ਨਾ ਕੁਛ ਜਥੇਬੰਦੀ ਨਾਲ ਇਹਨਾਂ ਨੇ ਕੁਛ ਮੰਗਿਆ। ਕੋਈ ਹੋ ਸਕਦਾ ਗਾ ਬੰਦਾ ਮੰਗਦਾ ਉਹ ਕਲੀਅਰ ਕਰ ਦੇਣ, ਪਰ ਅਸੀਂ ਜਾਂ ਜਥੇਬੰਦੀ ਨੇ ਬੰਦਿਆਂ ਨੇ ਕੋਈ ਕਿਸੇ ਤੋਂ ਕੁਛ ਮੰਗਿਆ ਨਹੀਂ। ਬਾਕੀ ਵੀ ਜਿਹ ਤੋਂ ਕੁਛ ਮੰਗਿਆ ਉਹ ਆਪਦਾ ਕਲੀਅਰ ਕਰਨਗੇ ਵੀ ਕਿਹੜੇ ਬੰਦੇ ਨੇ ਮੰਗਿਆ। ਠੀਕ ਹੈ। ਹੈਂ, ਸਾਡੇ ਸਭ ਘਰ ਨੂੰ ਦਾ ਨਾਮ ਵਿੱਚ ਨਾਂ ਪਾਇਆ ਜਾਵੇ। ਅਸੀਂ ਕੁਛ ਹੀ, ਅਸੀਂ ਪਹਿਲਾਂ ਹੀ ਦੁਖੀ ਆਂਗੇ। ਬਿਲਕੁਲ ਬਿਲਕੁਲ ਬਿਲਕੁਲ, ਵੀ ਸਾਨੂੰ ਇਹ ਗੱਲ 'ਚ ਨਾ ਉਲਝਾਇਆ ਜਾਵੇ। ਇੱਕ ਪਰਚੀ ਵੀ ਜਿਹੜੀ ਵਾਇਰਲ ਕੀਤੀ ਜਾ ਰਹੀ ਹੈ, ਕੋਈ ਸਮਾਨ ਸੰਬੰਧੀ ਵੀ ਇੰਨਾ ਖਰਚਾ ਹੋ ਗਿਆ, ਤੁਹਾਡੇ ਤੱਕ ਪਹੁੰਚਦੀ ਕੀਤੀ ਗਈ ਹੈ ਜਾਂ? ਉਹ ਕੋਈ ਪਰਚੀ ਨਹੀਂ ਪਹੁੰਚਦੀ ਕਰੀ, ਉਹ ਜਿਹੜਾ ਮੇਰੇ ਘਰ ਦਾ ਸਮਾਨ ਆਇਆ, ਮੇਰੇ ਹੀ ਸਮਾਨ ਹੈ, ਮੈਂ ਹੀ ਪੈਸੇ ਦੇਣੇ ਆ, ਉਹ ਜਿਹੜਾ ਮੇਰਾ ਘਰ ਦਾ ਸਮਾਨ ਆ ਉਹੀ ਪਰਚੀ ਹੈ। ਐਂ ਹੁੰਦਾ ਵੀ ਕੋਈ ਵੀ ਬੰਦਾ ਮੂਹਰੇ ਤੋੜ ਦੇਣਾ ਲੈਣ, ਮੈਂ ਤਾਂ ਜਾ ਨਹੀਂ ਸੀ ਸਕਦਾ। ਬਿਲਕੁਲ ਬਿਲਕੁਲ ਬਿਲਕੁਲ, ਕੋਈ ਬੰਦਾ ਤਾਂ ਸਮਾਨ ਲੈਣ ਜਾਊਗਾ, ਉਹ ਪਰਚੀ ਵੀ ਲੈ ਕੇ ਜਾਊਗਾ। ਉਹ ਪਰਚੀ ਹੈ ਘਰ ਦਾ ਸਮਾਨ ਹੈ, ਕੋਈ ਉਹਦੇ 'ਚ ਜਥੇਬੰਦੀ ਦਾ ਨੇ ਪੈਸਾ ਨਹੀਂ ਮੰਗਿਆ, ਕੋਈ ਜਥੇਬੰਦੀ ਨੇ ਮੈਨੂੰ ਪਰਚੀ ਨਹੀਂ ਦਿੱਤੀ। ਉਹ ਸਾਡਾ ਆਪਦਾ ਘਰੇਲੂ ਸਮਾਨ ਦੀ ਪਰਚੀ ਆ, ਉਹ ਮੈਂ ਹੀ ਦੇਣੇ ਆ, ਅਸੀਂ ਵੀ ਦੇਵਾਂਗੇ। ਲਗਾਤਾਰ ਇਸ ਵਿਵਾਦ ਨੂੰ ਲੈ ਕੇ ਜਿਹੜਾ ਹੈਗਾ ਹਵਾ ਦਿੱਤੀ ਜਾ ਰਹੀ ਹੈ, ਪਰਿਵਾਰ ਸ਼ੁਭ ਕਰਨ ਦੇ ਪਰਿਵਾਰ ਵੱਲੋਂ ਲੋਕਾਂ ਨੂੰ ਕੀ ਅਪੀਲ ਕਰਨੀ? ਅਸੀਂ ਤਾਂ ਐਂ ਕਹਿੰਦੇ ਵੀ ਆਪਦਾ ਬਹਿ ਕੇ ਇਹ ਨਿਸ਼ਟਰਨ ਕਿਉਂ ਐਡੀ ਦੂਰ ਤੱਕ ਮੀਡੀਆ 'ਤੇ ਗੱਲਾਂ ਪਹੁੰਚਾਉਂਦੇ ਆ, ਕਿਉਂ ਐਵੇਂ ਬਦਨਾਮ ਕਰਦੇ ਆ? ਸਭ ਘਰ ਨੂੰ ਵੀ ਬਦਨਾਮ ਹੁੰਦਾ, ਅਸੀਂ ਵੀ ਬਦਨਾਮ ਹੁੰਦੇ ਹਾਂ। ਬਿਲਕੁਲ ਬਿਲਕੁਲ, ਆਲ ਵਰਲਡ ਤਾਂ ਹੀ ਹੈ। ਅਸੀਂ ਤਾਂ ਕਹਿੰਦੇ ਵੀ ਬਹਿ ਕੇ ਆਪਦਾ ਕੋਈ ਇਹ ਅੰਦਰ ਗਤੀ ਆਪਦਾ ਕੋਈ ਫੈਸਲਾ ਕਰਨ, ਜੇ ਕਿਸੇ 'ਚ ਕਸੂਰ ਆ ਕਸੂਰ ਕੱਢਿਆ ਜਾਵੇ, ਆਪਾਂ ਕਹਿੰਦੇ ਵੀ ਠੀਕ ਹੈ। ਅਸੀਂ ਲਗਭਗ ਜੇ ਤਿੰਨੇ ਇਸ਼ੂ ਆ ਜਿਹੜੇ ਅਸੀਂ ਵਿਚਾਰੇ ਨਾ ਵਿਚਾਰ ਚਰਚਾ ਕਰਕੇ ਅਸੀਂ ਉਹਨਾਂ ਦਾ ਜਿਹੜਾ ਨਿਪਟਾਰਾ ਕੀਤਾ। ਸੋ ਇੱਕ ਤਾਂ ਇਸ਼ੂ ਹੈਗਾ ਜਿਹੜਾ ਇੱਥੇ ਪੈਸਿਆਂ ਦੇ ਮਾਮਲੇ 'ਚ, ਕਿ ਪੈਸੇ ਮੰਗੇ ਨੇ ਜਾਂ ਫਲਾਨਾ ਹੋਇਆ ਜਾਂ ਧਮਕਾ ਹੋਇਆ। ਸੋ ਅਸੀਂ ਸਾਡੀ 3 ਮੈਂਬਰੀ ਜਿਹੜੀ ਕਮੇਟੀ ਬਣੀ ਹੈ, 2 ਅਸੀਂ ਜ਼ਿਲ੍ਹੇ ਦੇ ਪ੍ਰਧਾਨ ਹੈਗੇ, ਬਠਿੰਡੇ ਜ਼ਿਲ੍ਹੇ ਦਾ ਪ੍ਰਧਾਨ, ਮੁਕਤਸਰ ਜ਼ਿਲ੍ਹੇ ਦਾ ਪ੍ਰਧਾਨ ਹੈ ਸੁਖਦੇਵ ਸਿੰਘ ਬੋੜਾ ਗੁੱਜਰ, ਔਰ ਇੱਕ ਰਾਮਪੁਰੇ ਤੋਂ ਆਪਣੇ ਜਿਹੜਾ ਮੰਡੀ ਕਲਾਂ ਤੋਂ ਬਾਜਾ ਸਿੰਘ, ਔਰ ਅਸੀਂ ਜਿਹੜਾ ਬਕਾਇਦਾ ਆਪਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਬਈ ਤੁਸੀਂ ਲਿਖਤੀ ਜਿਹੜੀ ਸਾਨੂੰ ਸ਼ਿਕਾਇਤ ਦਿਓ, ਜਿਹੜੇ ਬੰਦਿਆਂ ਨੇ ਕੋਈ ਕੀਤਾ ਜਾਂ ਕੁਛ ਕਰਾਇਆ, ਤਾਂ ਉਹਨਾਂ ਦੀ ਅਸੀਂ ਪੜਤਾਲ ਕਰਕੇ ਉਹਨਾਂ 'ਤੇ ਅਸੀਂ ਕਾਰਵਾਈ ਕੀਤੀ ਹੈ। ਪ੍ਰਧਾਨ ਜੀ, ਪੜਤਾਲ ਦੀ ਤੁਸੀਂ ਕਹਿ ਰਹੇ, ਤੁਹਾਡੇ ਆਪਦੇ ਜਥੇਬੰਦੀ ਦੇ ਮੈਂਬਰ ਕਹਿ ਰਹੇ ਨੇ? ਚਲੋ ਉਹ ਤਾਂ ਹੋ ਸਕਦਾ ਸਾਡੇ ਹੁਣ, ਪਰ ਉਹ ਤਾਂ ਪੜਤਾਲ 'ਚ ਪਤਾ ਲੱਗਣਾ। ਤੁਹਾਡੇ ਇਕਾਈ ਦੇ ਅਹੁਦੇਦਾਰ ਨੇ, ਉਹ ਕਹਿ ਰਹੇ ਨੇ ਪੈਸਿਆਂ ਦੀ ਮੰਗ ਕੀਤੀ ਗਈ ਹੈ ਬਕਾਇਦਾ?
ਕੀਤੀ ਹੋਊਗੀ, ਇਹ ਨਹੀਂ ਗੱਲ ਕੀਤੀ ਹੋਊਗੀ, ਪਰ ਗੱਲ ਹੈਗੀ ਆ ਵੀ ਸਾਡੇ ਜੇ ਇਕਾਈ ਦੇ ਮੈਂਬਰ ਹੈ ਤਾਂ ਉਹ ਮਤਲਬ ਜਾਣੀ ਅਸੀਂ ਉਹਨਾਂ 'ਤੇ ਜੇ ਉਹਨਾਂ ਨੇ ਕੀਤੀ ਹੈ ਤਾਂ ਉਹਨਾਂ 'ਤੇ ਕਾਰਵਾਈ ਕਰਾਂਗੇ। ਦੇਖੋ ਸਮਾਜ ਦੇ ਵਿੱਚ ਬਹੁਤ ਕੁਛ ਹੋ ਰਿਹਾ ਹੈਗਾ, ਠੀਕ ਹੈ, ਹੁਣ ਜੇ ਸਮਾਜ ਦੇ ਵਿੱਚ ਬਹੁਤ ਕੁਛ ਹੋ ਰਿਹਾ ਤਾਂ ਸਾਰੇ ਸਮਾਜ ਦਾ ਤਾਂ ਆਪਾਂ ਮਤਲਬ ਸੁਧਾਰ ਵੀ ਨਹੀਂ ਕਰ ਸਕਦੇ। ਬਹੁਤ ਸਾਰੇ ਜਿਹੜੇ ਜੇ ਆਪਾਂ ਕਿਸਾਨ ਜਮਾਤ ਦੀ ਗੱਲ ਕਰੀਏ ਤਾਂ ਬਹੁਤ ਸਾਰਿਆਂ ਨੇ ਤਾਂ ਆਪਣੀ ਜ਼ਿੰਦਗੀ ਲਾਤੀ ਕਿਸਾਨ ਜਮਾਤ ਦੇ ਲਈ, ਬਹੁਤ ਸਾਰੇ ਸਾਡੇ ਇਹੋ ਜਿਹੇ ਵੀ ਹੈ ਜਿਹੜੇ ਆਪਣੇ ਆਪ ਦੇ ਪਰਿਵਾਰ ਲਈ ਜਾਂ ਆਪਣੇ ਘਰ ਲਈ ਸਿਰਫ ਆਪਣਾ ਰੋਲ ਨਿਭਾ ਰਹੇ ਨੇ। ਹੁਣ ਉਹਨਾਂ ਨੂੰ ਅਸੀਂ ਕਿਵੇਂ ਦੇਖਾਂਗੇ ਜਾਂ ਉਹਨਾਂ ਨਾਲ ਅਸੀਂ ਮਤਲਬ ਜਾਣੀ ਕਿਵੇਂ ਰਲਾਵਾਂਗੇ? ਇਹ ਹੈ ਕਿ ਜਿਹੜਾ ਗੁਰਦੁਆਰਾ ਕਮੇਟੀ ਨੇ ਮਤਲਬ ਜਾਣੀ ਜਿਹੜੀ ਗੱਲ ਰੱਖੀ ਹੈ ਉਹ 'ਤੇ ਸਾਡੀ ਵਿਚਾਰ ਚਰਚਾ ਹੋ ਗਈ। ਇਹਨਾਂ ਨੇ ਸ਼ਿਕਾਇਤ ਕੀਤੀ ਹੈ ਕਿ ਆਹ ਆਹ ਇਹਨਾਂ ਨੇ ਕੀਤਾ ਜਿਹੜਾ ਕੁਛ ਦੋ ਬੰਦੇ ਨੇ, ਤਾਂ ਉਹਨਾਂ ਦੀ ਮਤਲਬ ਵੀ ਲਿਖਤੀ ਸ਼ਿਕਾਇਤ ਦੇ ਦਿਓ, ਅਸੀਂ ਉਹਨਾਂ 'ਤੇ ਪੜਤਾਲ ਕਰਕੇ ਕਾਰਵਾਈ ਕਰ ਦਾਂਗੇ। ਇੱਕ ਜਿਹੜੀ ਬਾਕਾਇਦਾ ਜਿਹੜੀ ਚੈਨਲਾਂ ਦੇ ਉੱਤੇ ਇੱਕ ਆਪਣਾ ਕਾਪੀ ਚੱਲ ਰਹੀ ਹੈ, ਪਰਚੀ ਚੱਲ ਰਹੀ ਹੈ, ਸੋ ਉਹ ਮੁੱਦਾ ਜਿਹੜਾ ਇਹ ਪਰਿਵਾਰ ਦਾ ਹੈਗਾ, ਇਹ ਪਰਿਵਾਰ ਦੇ ਮਤਲਬ ਅੰਗਣਗੇ ਜਿਹੜੇ ਲਗਾਤਾਰ ਸਭ ਜਿਹੜਾ ਵੀਰ ਸਾਡਾ ਜਨਮ ਦਾ ਸ਼ਹੀਦ ਹੋਇਆ ਉਹਨੂੰ ਤੋਂ ਉਸ ਪਰਿਵਾਰ ਨਾਲ ਜੁੜਿਆ ਉੱਥੇ ਘਰੇ ਨੇਗੇ, ਉਹਨਾਂ ਦੇ ਪਰਿਵਾਰ ਦੀ ਜਿਹੜੀ ਲਿਖਤ ਪੜ੍ਹਤ ਹੈ ਰਿਕਾਰਡ ਹੈ ਉਹ ਮੁੱਦਾ ਇਹਨਾਂ ਨਾਲ ਵਿਚਾਰਿਆ ਗਿਆ, ਉਹ ਇਹ ਦੱਸਣਗੇ ਤੁਹਾਨੂੰ ਇੱਧਰ ਜਿਹੜਾ ਵਿਚਾਰਿਆ ਗਿਆ ਸਾਡੇ ਪ੍ਰਧਾਨ ਜੀ ਜਿਹੜੇ ਗੁਰਦੁਆਰਾ ਪ੍ਰਬੰਧਕ ਕਮੇਟੀ ਇਹ ਦੱਸਣਗੇ। ਇਹਦੀ ਜਾਂਚ ਅਸੀਂ ਜਲਦੀ ਕਰ ਦੇਣੀ ਹੈ, ਦੋ ਚਾਰ ਦਿਨਾਂ 'ਚ ਫੈਸਲਾ ਆ ਜੂਗਾ ਜੀ, ਦੋ ਚਾਰ ਦਿਨ ਹਾਂ ਦੋ ਚਾਰ ਦਿਨਾਂ 'ਚ ਫੈਸਲਾ ਦੇ ਜਦੋਂ ਸੁਭ ਕਰਨ ਦੇ ਸ਼ਹੀਦ ਹੋਣ ਦੀ ਖਬਰ ਆਈ ਤਾਂ ਅਸੀਂ ਪਰਿਵਾਰਕ ਤੌਰ ਤੇ ਪਹੁੰਚੇ ਤੇ ਇੱਥੇ ਪਰਿਵਾਰ ਨਾਲ ਵਿਚਾਰ ਕੀਤੀ ਹੈ, ਪਰਿਵਾਰ ਨੂੰ ਉੱਥੇ ਪਟਿਆਲੇ ਬੁਲਾਇਆ ਗਿਆ, ਪਟਿਆਲੇ ਜਾਣਾ ਪਿਆ ਤਾਂ ਸਾਰਾ ਨਗਰ ਉਸੇ ਟਾਈਮ ਮਤਲਬ ਉੱਥੇ ਆਪਣਾ ਘਰ ਦੇ ਉੱਤੇ ਪਹੁੰਚਿਆ। ਸਾਡਾ ਸਾਰੇ ਪਰਿਵਾਰ ਨਗਰ ਦੇ ਨਾਲ ਹੀ ਬਹੁਤ ਹਮਦਰਦੀ ਸੀ, ਬਹੁਤ ਇਹਨਾਂ ਨੇ ਉਸ ਕਰਿਆ ਤਾਂ ਮੌਕੇ 'ਤੇ ਇਹ ਸੀਗਾ ਵੀ ਸੁਭ ਕਰਨ ਦੀ ਸ਼ਹੀਦੀ ਹੋ ਗਈ ਹੈ ਅਤੇ ਇਹ ਜਿਹੜਾ ਸਾਰਾ ਪ੍ਰਬੰਧ ਹੈ ਉਹ ਪਰਿਵਾਰ ਤਾਂ ਹੁਣ ਬੇਸੁੱਧ ਹੈ, ਉਹਨੂੰ ਸਦਮਾ ਪਹੁੰਚ ਗਿਆ ਅਤੇ ਕਰ ਨਹੀਂ ਸਕਦੇ, ਤਾਂ ਇਹ ਸਾਰੇ ਮਿਲ ਕੇ ਉਹਦੇ ਵਿੱਚ ਸਾਰੇ ਗੁਰਦੁਆਰਾ ਸਾਹਿਬ ਦੀਆਂ ਕਮੇਟੀਆਂ ਸਾਰੇ ਕਲੱਬ ਅਤੇ ਸਾਰੇ ਪਤਵੰਤੇ ਪੰਚਾਇਤ ਸਾਰੇ ਮਿਲ ਕੇ ਮਤਲਬ ਉੱਥੇ ਗੁਰਦੁਆਰਾ ਸਾਹਿਬ ਪਹੁੰਚਿਆ ਅਤੇ ਮਤਾ ਪਾ ਕੇ, ਪਹਿਲਾਂ ਤਾਂ ਮਤਾ ਪਾ ਕੇ ਜਿਹੜਾ ਸੁਭ ਕਰਨ ਦਾ ਸੰਸਕਾਰ ਕਰਨ ਵਾਸਤੇ ਗੁਰਦੁਆਰਾ ਸਾਹਿਬ ਵੱਲੋਂ ਅਤੇ ਨਗਰ ਵੱਲੋਂ ਜ਼ਮੀਨ ਮੁਹੱਈਆ ਕਰਵਾਈ ਗਈ ਅਤੇ ਨਾਲ ਹੀ ਉੱਥੇ ਐਲਾਨ ਕੀਤਾ ਗਿਆ ਵੀ ਇਸੇ ਜਗ੍ਹਾ 'ਤੇ ਸੰਸਕਾਰ ਕਰਕੇ ਇੱਥੇ ਇਹਦੀ ਯਾਦਗਾਰ ਬਣਾਈ ਜਾਏਗੀ, ਸਾਰਾ ਨਗਰ ਉੱਥੇ ਸੀ। ਤਾਂ ਫਿਰ ਅਸੀਂ ਕੁਛ ਪਤਵੰਤੇ ਸੱਜਣਾਂ ਦੀਆਂ ਡਿਊਟੀਆਂ ਲਾਤੀਆਂ ਵੀ ਇਹ ਸਾਰਾ ਪ੍ਰਬੰਧ ਹੈ ਜਿਹੜਾ ਤੁਸੀਂ ਚਲਾਉਣਾ ਹੈ, ਅਤੇ ਉਹਨਾਂ ਨੇ ਮਤਲਬ ਦੁਕਾਨਦਾਰ ਹੋਰ ਜਿੱਥੇ ਜਿੱਥੇ ਵੀ ਸੀ ਉਹਨਾਂ ਨਾਲ ਗੱਲ ਕਰ ਲਈ, ਜਿੰਨਾ ਉੱਥੇ ਪ੍ਰਬੰਧ ਚੱਲਦਾ ਰਿਹਾ ਘਰ ਦਾ ਤਾਂ ਸਾਰਾ ਜਿੰਨਾ ਸਮਾਨ ਆਉਂਦਾ ਰਿਹਾ ਤਾਂ ਉਹ ਸਾਨੂੰ ਨੋਟ ਕਰਵਾਉਂਦੇ ਰਹੇ, ਅਸੀਂ ਪਰਿਵਾਰਕ ਤੌਰ 'ਤੇ ਨੋਟ ਕਰਦੇ ਰਹੇ ਹਾਂ ਵੀ ਕਿਹੜਾ ਕਿੱਥੋਂ ਕਿੰਨਾ ਆ ਗਿਆ ਕੀ ਆ ਗਿਆ ਅਤੇ ਕੱਲ੍ਹ ਨੂੰ ਆਪਾਂ ਭੁਗਤਾਨ ਕਰਾਂਗੇ। ਉਹ ਜਿਹੜੀਆਂ ਪਰਚੀਆਂ ਬਹਿਲ ਹੋ ਰਹੀਆਂ ਉਹਦੇ 'ਤੇ ਅਸੀਂ ਸਮਾਨ ਲਿਖਿਆ ਹੋਇਆ ਸਾਡਾ, ਵੀ ਬਾਅਦ 'ਚ ਅਸੀਂ ਮੰਗਾ ਕੇ ਪੁੱਛਿਆ ਵੀ ਕਿਹੜੀ ਚੀਜ਼ ਕਿੱਥੋਂ ਆਈ ਹੈ, ਕਿੰਨੀ ਆਈ ਹੈ, ਕੀ ਆਈ ਹੈ, ਅਤੇ ਉਹ ਅਸੀਂ ਚਾਹੁੰਦੇ ਪਹਿਲਾਂ ਪਰਿਵਾਰ ਵੱਲੋਂ ਭੁਗਤਾਨ ਕੀਤਾ ਜਾਵੇ, ਉਦੋਂ ਬਾਅਦ ਜੇ ਸਰਕਾਰੀ ਮਦਦ ਆਉਂਦੀ ਹੈ
ਤਾਂ ਉਹਦੇ ਵੀ ਨਹੀਂ ਮੰਨਿਆ ਜਾਵੇ, ਨਹੀਂ ਨਾਲ ਜਥੇਬੰਦੀ ਨੇ ਉਹ ਕੀਤਾ ਤਾਂ ਉਹਦੇ ਵੀ ਨਹੀਂ ਮੰਨਿਆ ਜਾਵੇ, ਉਹਦੇ 'ਚ ਕੋਈ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਹੈ। ਕਿੰਨੇ ਪੈਸੇ ਦੀ ਪਰਚੀ ਹੈ ਜੀ? ਉਹ ਤਾਂ ਪਰਚੀ 53,000 ਦੀ ਹੈ, ਪਰਚੀਆਂ ਤਾਂ ਹੋਰ ਵੀ ਬਥੇਰੀਆਂ ਜਿੱਥੋਂ ਜਿੱਥੋਂ ਆਈ ਹੈ, ਜਿਹੜਾ ਛੋਟਾ ਸਮਾਨ ਆਇਆ ਉਹ ਉਦੋਂ ਲਿਖਿਆ ਹੋਇਆ, ਜਿਹੜਾ ਕੋਈ ਹੋਰ ਲਿਖਿਆ, ਜਿਹੜਾ ਵੀ ਲੈ ਕੇ ਆਇਆ ਜਾਂ ਜਿਹਨੇ ਵੀ ਮੰਗਵਾਇਆ ਉਹਨਾਂ ਨੇ ਲਿਖਿਆ, ਜਿਹੜਾ ਜਿੱਥੋਂ ਮੰਗਵਾਇਆ ਆਇਆ ਸਮਾਨ ਜੋ ਵੀ ਹੈ ਉਹ ਅਸੀਂ ਭੁਗਤਾਨ ਕਰਾਂਗੇ, ਭੁਗਤਾਨ ਕਰਨ ਵਾਸਤੇ ਉਹ ਰਿਕਾਰਡ ਰੱਖਿਆ। ਸਭ ਦੇ ਘਟਨਾਕ੍ਰਮ ਨੂੰ ਕਿਵੇਂ ਦੇਖਦੇ ਹੋ ਜੋ ਵਾਪਰ ਰਿਹਾ 3-4 ਦਿਨਾਂ ਦੇ ਵਿੱਚ ਜੋ ਕੁਛ ਵਾਪਰ ਰਿਹਾ ਹੈਗਾ? ਇਹ ਜਿਹੜਾ ਘਟਨਾਕ੍ਰਮ 2-3 ਦਿਨਾਂ ਦਾ ਇਹ ਵਾਪਰ ਰਿਹਾ, ਅਸੀਂ ਇਹਨੂੰ ਬਹੁਤ ਮੰਦਭਾਗਾ ਗਿਣਦੇ ਹਾਂ ਅਤੇ ਅਸੀਂ ਇਸ ਗੱਲ ਨੂੰ ਬਹੁਤ ਪਰਿਵਾਰ ਨੂੰ ਸਦਮਾ ਪਹੁੰਚਿਆ ਵੀ ਇਹ ਜਿਹੜਾ ਵਿਵਾਦ ਹੈ। ਮੀਡੀਆ ਨੂੰ ਵੀ ਮੈਂ ਬੇਨਤੀ ਕਰਦਾ ਵੀ ਇਹ ਵਿਵਾਦ ਨੂੰ ਨਾ ਉਸਾਲਿਆ ਜਾਵੇ, ਇਹ ਨੋਰਮਲ ਗੱਲ ਹੈ, ਜਿਹੜਾ ਕੋਈ ਸਮਾਨ ਲਿਖਣਾ ਹੋਰ ਕਰਨਾ ਇਹ ਵੀ ਕੋਈ ਵੱਡੀ ਗੱਲ ਨਹੀਂ ਹੈ। ਘਰ ਦੇ ਵਿੱਚ ਅਸੀਂ ਨੋਟ ਕਰਦੇ ਹਾਂ, ਅੱਜ ਵੀ ਕਾਪੀ ਪਈ ਹੈ, ਜਿਹੜਾ ਮਰਜ਼ੀ ਓਪਨ ਹੈ, ਜਿਹੜਾ ਮਰਜ਼ੀ ਜਾਵੇ, ਜਿਹੜਾ ਮਰਜ਼ੀ ਦੇਖੇ, ਜਿਹੜਾ ਮਰਜ਼ੀ ਹੋਰ ਕਰੇ, ਫੋਟੋ ਖਿੱਚੇ, ਪਰ ਉਹ ਮਨਸਾ ਅਗਲੇ ਦੀ ਕੀ ਹੈ ਵੀ ਉਹ ਵਾਇਰਲ ਕਰਨ ਵਾਸਤੇ ਖਿੱਚਦਾ ਹੈ ਜਾਂ ਉਹ ਦੇਖਣ ਵਾਸਤੇ ਖਿੱਚਦਾ, ਇਹ ਉਹਦੇ 'ਤੇ ਡਿਪੈਂਡ ਕਰਦਾ। ਤੁਸੀਂ ਦੋਨੇ ਕਮੇਟੀਆਂ ਨੂੰ ਮਿਲੇ ਹੋਗੇ, ਆਪਣਾ ਪੱਖ ਤੁਹਾਡੇ ਤੋਂ ਰੱਖਿਆ ਗਿਆ, ਕਿਸੇ ਤਰ੍ਹਾਂ ਦਾ ਇਸ ਚੀਜ਼ ਨੂੰ ਲੈ ਕੇ ਵੀ ਤੁਹਾਡਾ ਵੀ ਵਿਚਾਰ ਲਏ ਹੁਣ ਇਸ ਮੁੱਦੇ ਨੂੰ ਲੈ ਕੇ? ਹਾਂਜੀ, ਅਸੀਂ ਸਾਨੂੰ ਸਾਰੀ ਕਮੇਟੀਆਂ ਵੀ ਮਿਲ ਗਈਆਂ, ਸਾਨੂੰ ਜਥੇਬੰਦੀ ਵੀ ਮਿਲੀ ਹੈ, ਦੋਨੇ ਦੂਜੀਆਂ ਜਥੇਬੰਦੀਆਂ ਵੀ ਨਾਲ ਵੀ ਸਾਡਾ ਤਾਲਮੇਲ ਹੈ ਹੋਰ ਹੈ, ਕਿਸੇ ਨੇ ਮਤਲਬ ਇਸ ਤਰ੍ਹਾਂ ਦੀ ਕੋਈ ਅੱਜ ਤੱਕ ਨਾ ਜਥੇਬੰਦੀ ਨੇ ਨਾ ਕੋਈ ਹੋਰ ਨੇ ਕਿਸੇ ਨੇ ਸਾਥੋਂ ਨਾ ਕੋਈ ਇੱਕ ਰੁਪਈਆ ਮੰਗਿਆ ਨਾ ਕੋਈ ਉਹ ਮੰਗਿਆ, ਜਿੰਨਾ ਸਹਿਯੋਗ ਕਰਿਆ ਸਾਰੇ ਨਗਰ ਨੇ ਪੂਰਾ ਕਰਿਆ, ਜਥੇਬੰਦੀਆਂ ਨੇ ਕਰਿਆ, ਸਾਰਿਆਂ ਨੇ ਕਰਿਆ, ਅਸੀਂ ਉਹਦੇ ਪੂਰੇ ਧੰਨਵਾਦੀ ਹਾਂ ਜਿਨ੍ਹਾਂ ਨੇ ਸਾਰੇ ਨਗਰ ਨੇ ਸਹਿਯੋਗ ਕੀਤਾ। ਖਰਚਾ ਇਹ ਜਥੇਬੰਦੀ ਵੀ ਨਹੀਂ ਆਇਆ ਅਤੇ ਸਰਕਾਰ ਵੀ ਨਹੀਂ ਆਇਆ ਵੀ ਅਸੀਂ ਕਰਾਂਗੇ, ਉਹ ਉਹਨਾਂ ਦੀ ਹਿੱਸਾ, ਅਸੀਂ ਤਾਂ ਉਹਨਾਂ ਨੂੰ ਇਹੀ ਦੇਣਾ ਵੀ ਆਹ ਇੱਥੇ ਖਰਚ ਹੋ ਗਿਆ, ਆਹ ਇੱਥੇ ਖਰਚ ਹੋ ਗਿਆ, ਆਹ ਚੱਲਿਆ ਉਹ ਲਿਸਟ ਹੈ।